करो, सरकार तो जाग करो, अपनी रखी याद करो, कानून रद्द करो, रद्द करो, रद्द करो, कानून रद्द करो, रद्द करो, रद्द करो, कानून रद्द करा के रहेंगे, करा के रहेंगे, करा के रहेंगे। ਜਿਹੜਾ ਜੀ ਅੱਜ ਪਿੰਡ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਜੀ, ਉਹਦੇ ਲਈ ਤੁਹਾਡਾ ਕੀ ਕਹਿਣਾ ਜੀ? ਹਾਂਜੀ, ਅਸੀਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਖੇਤੀ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਅੱਜ ਪਿੰਡ ਦੇ ਵਿੱਚ ਅੱਜ ਪਿੰਡ ਟਲਿਆਲ ਵਿਖੇ ਸਾਡੇ ਪ੍ਰਧਾਨ ਇਕਾਈ ਪ੍ਰਧਾਨ ਸਰਦਾਰ ਜਰਨੈਲ ਸਿੰਘ ਅਤੇ ਮੈਂ ਹੈਡ ਮਾਸਟਰ ਰਣਜੀਤ ਸਿੰਘ ਟੰਡੇਵਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਏਕਤਾ ਦੇ ਸੱਦੇ ਉੱਤੇ ਅੱਜ ਪਿੰਡ ਹਲਾਓ ਪਿੰਡ ਜਗਾਓ ਦੇ ਬੈਨਰ ਦੇ ਹੇਠ ਅੱਜ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਵਿੱਚ ਝੰਡਾ ਮਾਰਚ ਕੀਤਾ, ਜਿਸ ਦੇ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ ਅਤੇ ਨੌਜਵਾਨਾਂ ਨੇ ਵੱਡੀ ਪੱਧਰ ਦੇ ਵਿੱਚ ਸਹਿਯੋਗ ਦਿੱਤਾ। ਅਸੀਂ ਸਾਰੇ ਪਿੰਡ ਦੇ ਵਿੱਚ ਝੰਡਾ ਮਾਰਚ ਕਰਕੇ ਇਹ ਹੋਕਾ ਦਿੱਤਾ ਕਿ 26-27 ਤਰੀਕ ਨੂੰ ਜੋ ਦਿੱਲੀ ਚੱਲਣ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਸਾਡੇ ਨੌਜਵਾਨ ਵੀਰ ਕਿਸਾਨ ਵੀਰ ਵੱਡੀ ਪੱਧਰ 'ਤੇ ਸ਼ਮੂਲੀਅਤ ਕਰਨ, ਉਹ ਰਾਸ਼ਨ ਵਗੈਰਾ ਇਕੱਠਾ ਕਰਨ ਦਾ ਵੀ ਅੱਜ ਅਸੀਂ ਪ੍ਰਬੰਧ ਕੀਤਾ ਗਿਆ ਹੈ। ਸੋ ਸਾਰੇ ਹੀ ਦਿੱਲੀ ਜਾਣ ਦੇ ਲਈ ਜੋ 2 ਦਿਨਾਂ ਦਾ ਉੱਥੇ ਦਿੱਲੀ ਮੋਰਚਾ ਲੱਗ ਰਿਹਾ ਹੈ ਖੇਤੀ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਅਤੇ ਕਿਸਾਨਾਂ ਦੀਆਂ ਭਾਖਵੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਅਸੀਂ ਅੱਜ ਪਿੰਡ ਦੇ ਵਿੱਚ ਵੱਡੀ ਪੱਧਰ 'ਤੇ ਝੰਡਾ ਮਾਰਚ ਅਤੇ ਰੋਸ ਮਾਰਚ ਕੀਤਾ ਗਾ। ਇਹਦੇ ਵਿੱਚ ਬਹੁਤ ਹੀ ਨੌਜਵਾਨਾਂ ਨੇ ਸਹਿਯੋਗ ਦਿੱਤਾ ਅਤੇ ਅੱਜ ਲਿਸਟਾਂ ਤਿਆਰ ਹੋ ਰਹੀਆਂ ਹੈਗੀਆਂ ਵੀ ਸਾਰੇ ਨੌਜਵਾਨ ਵੀਰ ਆ ਜਿਹੜੇ ਉਹ ਦਿੱਲੀ ਵੱਲ ਕੂਚ ਕਰਨਗੇ ਅਤੇ ਦਿੱਲੀ ਜਾ ਕੇ ਮੋਰਚੇ ਦੇ ਵਿੱਚ ਆਪਣੀ ਸ਼ਮੂਲੀਅਤ ਆ ਜਿਹੜੀ ਉਹ ਪਿੰਡ ਟੱਲੇਵਾਲ ਦੇ ਵੱਲੋਂ ਕਰਵਾਉਣਗੇ। ਇਸ ਤੋਂ ਅੱਗੇ ਜੋ ਵੀ ਇਹ ਖੇਤੀ ਕਾਨੂੰਨ ਆ ਇਹ ਸਾਰੇ ਨੌਜਵਾਨ ਵੀਰ ਕਿਸਾਨਾਂ ਦਾ ਇੱਕਮੱਤ ਹੋ ਕੇ ਇਹ ਕਹਿਣਾ ਗਾ ਵੀ ਇਹ ਜਿਹੜੇ ਖੇਤੀ ਮਾਰੂ ਕਾਨੂੰਨ ਨੇ ਇਹਨਾਂ ਨੂੰ ਅਸੀਂ ਰੱਦ ਕਰਵਾ ਕੇ ਰਹਾਂਗੇ। ਸਾਡੀ ਸਰਕਾਰ ਕੋਲ ਇਹੀ ਮੰਗ ਹੈ ਵੀ ਪਹਿਲਾਂ ਇਹ ਜਿਹੜੇ ਕਾਨੂੰਨ ਨੇ ਇਹ ਰੱਦ ਕੀਤੇ ਜਾਣ, ਵਾਪਸ ਲੈ ਜਾਣ। ਕਾਨੂੰਨ ਰੱਦ ਕਰਵਾਉਣ ਤੋਂ ਬਿਨਾਂ ਸਾਡੀ ਕਿਸਾਨ ਜਥੇਬੰਦੀਆਂ ਦੀ ਜਾਂ ਸਾਡੇ ਨੌਜਵਾਨ ਵੀਰਾਂ ਦੀ ਕਿਸਾਨਾਂ ਦੀ ਕੋਈ ਮੰਗ ਨਹੀਂ ਹੈ ਵੀ ਇਹ ਪਹਿਲਾਂ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਖੇਤੀ ਕਾਨੂੰਨ ਆ ਜਿਹੜੇ ਮਾਰੂ ਨੇ ਖੇਤੀ ਦੇ ਲਈ ਇਹ ਰੱਦ ਕਰਵਾਇਆ ਕੇ ਰਹਾਂਗੇ। ਹਾਂਜੀ, ਜਿੰਨਾ ਚਿਰ ਇਹ ਕਾਲੇ ਖੇਤੀ ਮਾਰੂ ਕਾਨੂੰਨ ਆ ਜਿਹੜੇ ਵਾਪਸ ਨਹੀਂ ਲਏ ਜਾਂਦੇ, ਜੋ ਵੱਖ ਵੱਖ ਟੋਲ ਪਲਾਜਿਆਂ ਮੌਲਾਂ ਸਾਹਮਣੇ ਜਾਂ ਭਾਰਤੀ ਜਨਤਾ ਪਾਰਟੀਆਂ ਦੇ ਆਗੂਆਂ ਦੇ ਪੱਕੇ ਮੋਰਚੇ ਜਿਹੜੇ ਦਿਨ ਰਾਤ ਦੇ ਚੱਲ ਰਹੇ ਨੇ ਉਹ ਉਸੇ ਤਰ੍ਹਾਂ ਹੀ ਜਾਰੀ ਰਹਿਣਗੇ ਜਿੰਨਾ ਚਿਰ ਇਹ ਖੇਤੀ ਕਾਨੂੰਨ ਆ ਜਿਹੜੇ ਉਹ ਵਾਪਸ ਨਹੀਂ ਲੈਂਦੀ ਸਰਕਾਰ। ਅਤੇ ਸਾਰੇ ਇੱਕਜੁੱਟਤਾ ਦਾ ਹੋ ਕੇ ਪ੍ਰਗਟਾਵਾ ਕਰਦੇ ਹਨ ਕਿ ਇਹ ਖੇਤੀ ਕਾਨੂੰਨ ਆ ਜਿਹੜੇ ਉਹ ਵਾਪਸ ਲੈ ਜਾਣ। ਮੈਂ ਜਰਨੈਲ ਸਿੰਘ ਪ੍ਰਧਾਨ ਇਕਾਈ ਪ੍ਰਧਾਨ ਟੱਲੇਵਾਲ, ਅਸੀਂ ਪਿੰਡ ਦੇ ਵਿੱਚ 25-26 ਜਿਹੜਾ 27 ਦਾ ਪ੍ਰੋਗਰਾਮ ਹੈ ਦਿੱਲੀ ਵਿੱਚ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਜਾ ਰਹੇ ਹਾਂ। ਉਹਦੀ ਤਿਆਰੀ ਵਜੋਂ ਪਿੰਡ ਦੇ ਵਿੱਚ ਝੰਡਾ ਮਾਰਚ ਕੀਤਾ, ਜਿਹਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਮੋਟਰਸਾਈਕਲਾਂ 'ਤੇ ਸਕੂਟਰਾਂ 'ਤੇ ਅਤੇ ਉਤਸ਼ਾਹ ਨਾਲ ਦੂਜਾ ਪਿੰਡ ਦੇ ਵਿੱਚ ਗੇੜਾ ਲਾਇਆ। ਹਾਂਜੀ, ਅਸੀਂ ਇਹਦੇ ਵਿੱਚ 26-27 ਤਰੀਕ ਨੂੰ ਜਿਹੜਾ ਹੈਗਾ ਵੱਧ ਤੋਂ ਵੱਧ ਜਿਹੜੇ ਸਾਡੇ ਪਿੰਡ ਕਿਸਾਨ ਜਾ ਰਹੇ ਨੇ, 3-4 ਟਰਾਲੀਆਂ ਸਾਡੇ ਪਿੰਡ ਤਿਆਰ ਨੇਗੀਆਂ ਅਤੇ ਰਾਸ਼ਨ ਇਕੱਠਾ ਹੋ ਰਿਹਾ ਹੈਗਾ ਅਤੇ ਰਾਸ਼ਨ ਇਕੱਠਾ ਕਰਕੇ ਉਹ ਵੀ ਅੱਜ ਅਸੀਂ ਟਰਾਲੀ ਦੇ ਵਿੱਚ ਲੱਗ ਰਹੇ ਹਾਂ। ਕੱਲ੍ਹ ਨੂੰ ਸਿੱਧੇ ਬਾਲਣ ਸਮਾਨ ਸਾਰਾ ਸਾਡਾ ਟਰਾਲੀਆਂ ਦੇ ਵਿੱਚ